ਰਮੀ ਵੇ ਸਾਰਿਆਂ ਕੋ ਅੱਜ ਮੈਂ ਖਾਲੀ ਬੈਠੇ ਬੈਠੇ ਇਹ ਸੋਚਦੀ ਪਈ ਹਾਂ ਕਿ ਅੱਜ ਦੀ ਜ਼ਿੰਦਗੀ ਵਿੱਚ ਕਿਹੜਾ ਬੰਦਾ ਖੁਸ਼ ਹੈ। ਜਿਹੜੇ ਜੋਬ ਵਾਲੇ ਹਨ ਉਹ ਇਹ ਸੋਚਦੇ ਨੇ ਕਿ ਬਿਜ਼ਨਸ ਵਾਲੇ ਖੁਸ਼ ਹਨ, ਜਿਹੜੇ ਬਿਜ਼ਨਸ ਵਾਲੇ ਹਨ ਉਹ ਸੋਚਦੇ ਨੇ ਕਿ ਜੋਬ ਵਾਲੇ ਖੁਸ਼ ਹਨ, ਅਤੇ ਦੋਵੇਂ ਸੋਚਦੇ ਨੇ ਜਿਨ੍ਹਾਂ ਦੀ ਜ਼ਮੀਨਾਂ ਹਨ ਉਹ ਖੁਸ਼ ਹਨ, ਜਿਹੜਾ ਜ਼ਮੀਨ 'ਤੇ ਹਲ ਚਲੇਂਦਾ ਪਏ ਉਹ ਸੋਚਦੇ ਕਿ ਮੈਂ ਆਫਿਸ 'ਚ ਬਾਂਧਾ ਤਾਂ ਕਿਤਨਾ ਆਰਾਮ ਮਿਲਦਾ, ਅਤੇ ਖੁਸ਼ ਹੈ ਕੌਣ। ਅਤੇ ਬਿਜ਼ਨਸ ਵਾਲੇ ਉਹ ਸੋਚਦੇ ਨੇ ਕਿ ਜਿਹੜਾ ਚਾਹ ਦਾ ਠੇਲਾ ਲੈਂਦੇ ਉਹ ਖੁਸ਼ ਹੈ। ਮੇਨ ਗੱਲ ਇਹ ਹੈ ਅੱਜ ਦੇ ਸਮਾਜ ਵਿੱਚ ਇੰਟਰਨੈਟ ਦੇਖ ਦੇਖ ਦੇ ਕੋਈ ਵੀ ਖੁਸ਼ ਕਿਆ ਨਹੀਂ। ਦੂਜਿਆਂ ਕੋ ਦੇਖਦੇ ਨੇ ਕਿ ਹੁੰਦੇ 10 ਮਕਾਨ ਹਨ, ਹੁੰਦੇ 20 ਮਕਾਨ ਹਨ, ਮੇਰੇ ਕੋਲ ਹੈ ਕਿਆ ਨਹੀਂ, ਤਾਂ ਉਹ ਦੁਖੀ ਹਨ। ਅਤੇ ਇਹਦਾ ਨਿਚੋੜ ਇਹੋ ਹੈ ਕਿ ਜਿਹੜਾ ਜਿਉਂ ਵੀ ਕੰਮ ਹੈ, ਚਾਹੇ ਉਹ ਛੋਟਾ ਹੈ ਚਾਹੇ ਉਹ ਵੱਡਾ ਹੈ, ਉਹਨਾਂ ਕੋ ਹੁੰਦੇ 'ਚ ਹੀ ਖੁਸ਼ ਰਹਿਣਾ ਚਾਹੀਦਾ, ਕਿਉਂਕਿ ਉਹਨਾਂ ਦੀ ਆਪਣੀ ਜ਼ਿੰਦਗੀ ਹੈ, ਉਹਨਾਂ ਦੇ ਆਪਣੇ ਕਰਮ ਹਨ। ਕਰਮ ਤਾਂ ਭੁਗਤ ਨਹੀਂ ਹਨ, ਚਾਹੇ ਖੁਸ਼ ਥੀ ਦੇ ਭੁਗਤੋ ਚਾਹੇ ਦੁਖੀ ਥੀ ਦੇ, ਅਤੇ ਖੁਸ਼ ਰਹੋ। ਰਾਮ ਰਾਮ ਜੀ।